ਨਾਜ਼ਰੀਨ ਇਹ ਸਿਗਰਟ ਕੇ ਨਾ ਭਰਾ ਹੋਆ ਡੱਬਾ ਪੜਾ ਹੋਇਆ ਤੇ ਮੈਂ ਦੋਸਤੋ ਕੋ ਬਤਾਰਾ ਤਾ ਇਸ ਤੇਲੇ ਕੀ ਦਵਾਈ ਬਣਤੀ ਹੈ ਗੰਧਮੇਂ ਆਜਕਲ ਤੇਲਾ ਹੈ ਤੋ ਮੁੰਤਾਜ ਖੋਕਰ ਸਾਹਿਬ ਮੂਝੇ ਇੱਕ ਹੋਰ ਦੇਸੀ ਤਰੀਕਾ ਬਤਾ ਰਹੇ ਜੋ ਯਹਾਂ 라इज ਹੈ ਤੋ ਮੈਂ ਚਾਹੂੰਗਾ ਆਪ ਦੋਸਤੋ ਕੋ ਉਹ ਵੀ ਪਤਾ ਲਾਹਾਂ ਹਾਂ ਜੀ ਮੁੰਤਾਜ ਭਾਈ ਦੱਸੋ ਖੋਕਰ ਸਾਹਿਬ ਹਾਂ ਜੀ ਤੇਲੇ ਨੂੰ ਕਿਦਾਂ ਤੁਸੀਂ ਇੱਕ ਫਾਰਕ ਕਰਦੇ ਹੋ ਬਗੈਰ ਕੋਈ ਸਪਰੇ ਕਰੇ ਬਗੈਰ ਮੈਂ ਰਸੀ ਨਾਲ ਕਿਸ ਤਰ੍ਹਾਂ ਰਸੀ ਰਸੀ ਦੋਨੋਂ ਪਾਸੋਂ ਦੋਨੋਂ ਪਾਸੋਂ ਫਾੜ ਕੇ ਬੰਨਿਆ ਤੇ ਖਿੱਚੀ ਜਾਈਏ ਤੇਲਾ ਡਿਕ ਜਾਣਾ ਤੇ ਉਹਦੇ ਨਾਲ ਗੰਨਮ ਦਾ ਨੁਕਸਾਨ ਨਹੀਂ ਹੁੰਦਾ ਕੋਈ ਨੁਕਸਾਨ ਨਹੀਂ ਹੈ ਤੇ ਅੱਛਾ ਲੇਕਿਨ ਉਹਦੇ ਵਿੱਚ ਤੇ ਜ਼ਰੂਰੀ ਹੈ ਕਿ ਪੋਲੀਨੇਸ਼ਨ ਦਾ ਅਮਲ ਯਾਨੀ ਪੂਰਾ ਵਾਲਾ ਅਮਲ ਪੂਰਾ ਹੋ ਗਿਆ ਤੇ ਦਾਣਾ ਬਣ ਚੁੱਕਿਆ ਹੈ ਫਿਰ ਉਹਦਾ ਕਰਨਾ ਚਾਹੀਦਾ ਠੀਕ ਹੈ ਜੋ ਦੋਸਤ ਇਹ ਕਰ ਸਕਤੇ ਹੈ ਉਹ ਇਹ ਕਰੇ ਨਹੀਂ ਤੋ ਆਪਕੋ ਘਰੇਲੂ ਚੀਜ਼ੋں ਤੇ ਬਤਾ ਰਹਾ ਹੂ ਇਹ ਸਿਕਟੋਕ ਹੈ ਜੋ ਹੈ ਨਾ ਇਸਮੇ ਐਸ਼ ਵੀ ਹੈ ਇਸਮੇ ਜੋ ਵੀ ਹੈ ਜਾਂ ਜੋ ਵੀ ਆਤੇ ਹੈ ਨਾ ਉਸੇ ਕਿ ਇਹ ਡੱਬਾ ਰੱਖਾ ਹੋਇਆ ਹੈ ਇਸ ਡੱਬੇ ਮੇ ਇਹ ਦੋਸਤ ਡਾਲ ਦਤੇ ਹੈ ਤੋ ਇਸੇ ਕੋ ਉਠਾ ਕੇ ਪਾਣੀ ਮੇ ਡਾਲੇ और उसे छोड़ दें कुछ दिनों बाद कुछ दिनों बाद फोम अलहदा हो जाएगा तम्बाकू भी इसमें रह जाएगा राख भी और ये कागज़ भी ऊपर आ जाएगा उनको आप साइड पे करें और जो आपकी लस्सी जो बनी हुई है चाहे तो वो लस्सी जो सी है पुरानी वो भी एक लीटर पर एकड़ या डेढ़ लीटर पर एकड़ आप वो इस्तेमाल करें डेढ़ से और साथ ये डाल लें तो आपको साइड अगर आपके पास दूसरा कनेर वाला नहीं है तो ये बेस्ट तरीक़ा है इससे और ज्यादा इस ज़्यादा करें इसमें थोड़ा सा ना डेटॉल डाल लें और इन तो आप स्प्रे करें तो आपको देखिएगा कि तेला बिल्कुल ख़त्म आपकी फसल से गंदम की फसल से ये तेला बिल्कुल ख़त्म हो जाएगा